ਕੀ ਹੋਇਆ ਤੇਰੇ ਪਾਪਾ ਨਾਲ? ਮੇਰੇ ਪਾਪਾ ਨੂੰ ਉਹਨਾਂ ਨੇ ਜ਼ਮੀਨ ਦੇ ਬਾਰੇ ਮੇਰਾ ਜ਼ਮੀਨ ਕਰਕੇ ਉਹਨਾਂ ਨੂੰ ਜ਼ਹਿਰ ਦੇ ਕੇ ਦਿੱਤਾ। ਉਹਨਾਂ ਨੇ ਖੀਰ ਦੇ ਵਿੱਚ ਜ਼ਹਿਰ ਪਾ ਕੇ ਉਹਨਾਂ ਨੂੰ ਦਿੱਤਾ, ਜਿਸ ਦੇ ਨਾਲ ਉਹਨਾਂ ਦੀ ਮੌਤ ਹੋਈ ਆ। ਅਤੇ ਮੈਨੂੰ ਇਨਸਾਫ ਦਵਾਇਆ ਜਾਵੇ। ਜਿਹੜੇ ਮੇਰੇ ਸਹੁਰੇ ਪਰਿਵਾਰ ਦੇ ਮੈਂਬਰ ਆ, ਮੇਰੀਆਂ ਨਨਾਨਾ ਏ, ਨਨਾਣਵੀਏ ਆ, ਉਹਨਾਂ ਦੇ ਲੜਕੇ ਨੇ, ਸੱਸ ਸਹੁਰਾ ਏ। ਤੁਸੀਂ ਗੱਲ ਕੀਤੀ ਵੀ ਜ਼ਹਿਰ ਪਾ ਕੇ ਦਿੱਤਾ, ਜ਼ਹਿਰ ਦੀ ਕੀ ਤੁਸੀਂ ਪੁਸ਼ਟੀ ਕਰਦੇ ਹੋ? ਰਿਪੋਰਟ ਮੇਰੇ ਕੋਲ ਆ। ਤੁਸੀਂ ਉਦੋਂ ਕਿੱਥੇ ਸੀ? ਹਾਂਜੀ, ਮੈਂ ਵਿਦੇਸ਼ ਗਈ ਹੋਈ ਸੀਗੀ ਜਦੋਂ ਮੈਨੂੰ ਪਤਾ ਲੱਗਾ। ਮੈਂ ਆਣ ਕੇ ਅਤੇ ਬਾਅਦ ਵਿੱਚ ਮੈਨੂੰ ਰਿਪੋਰਟ ਮਿਲੀ ਆ। ਮੈਂ ਥਾਣੇ ਵੀ ਗਈ ਹਾਂ, ਉੱਥੇ ਮੇਰੀ ਕੋਈ ਸੁਣਵਾਈ ਨਹੀਂ ਹੋਈਗੀ। ਜੋ ਮੈਂ ਪੁਲਿਸ ਨੇ ਜਿੰਨਾ ਵੀ ਮੈਂ ਉਹਨਾਂ ਨੂੰ ਕਹਿੰਦੀ ਰਹੀ ਹਾਂ, ਉਹਨਾਂ ਨੇ ਮੇਰੀ ਕੋਈ ਕਾਰਵਾਈ ਨਹੀਂ ਕੀਤੀ। ਮੈਂ ਪੰਚਾਇਤਾਂ ਵੀ ਨਾਲ ਲੈ ਕੇ ਗਈ ਹਾਂ, ਉਹਨਾਂ ਮੇਰੀ ਕੋਈ ਵੀ ਸੁਣਵਾਈ ਨਹੀਂ ਕੀਤੀ। ਖੀਰੇ ਮੈਨੂੰ ਉਹਨਾਂ ਨੇ ਮਗੂ ਵਾਲੇ SHO ਨੇ, ਮੇਰੇ ਨਾਲ ਪੰਚਾਇਤ ਸੀਗੀ ਅਤੇ ਮੇਰੇ ਪੰਚਾਇਤ ਦੇ ਹੁੰਦਿਆਂ ਬੇਇੱਜ਼ਤੀ ਕੀਤੀ ਆ। ਉਹਨਾਂ ਨੇ ਵੱਧ ਘੱਟ ਬੋਲ ਕੇ ਅਤੇ ਸਾਨੂੰ ਥਾਣੇ ਦੇ ਵਿੱਚੋਂ ਬਾਹਰ ਕੱਢ ਦਿੱਤਾ। ਕਹਿੰਦੇ ਤੁਸੀਂ ਬਾਹਰ ਨਿਕਲ ਜਾਓ, ਅਤੇ ਅਸੀਂ ਬਾਹਰ ਆ ਗਏ ਹਾਂ। ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈਗੀ। ਮੈਂ ਬਹੁਤ ਥਾਵਾਂ 'ਤੇ ਅਫਸਰਾਂ ਕੋਲ ਗਈ ਹਾਂ, ਬੱਚੇ ਨਾਲ ਲੈ ਕੇ ਗਈ ਹਾਂ, ਕੋਈ ਵੀ ਸੁਣਵਾਈ ਨਹੀਂ ਹੋਈ। IG ਕੋਲ ਵੀ ਗਈ ਹਾਂ, DIG, DSP ਜੀਰਾ ਉੱਥੇ ਵੀ ਗਈ ਹਾਂ, ਹੋਰ ਵੀ ਕਈਆਂ ਅਫਸਰਾਂ ਕੋਲ ਗਈ ਹਾਂ, ਪਰ ਮੇਰੀ ਕਿਸੇ ਨੇ ਵੀ ਕੋਈ ਨਹੀਂ ਸੁਣੀਗੀ। ਕੀ ਮੰਗ ਕਰਦੇ ਹੋ? ਅਤੇ ਸਾਡੀ ਇਹ ਮੰਗ ਆ, ਸਾਨੂੰ ਇਨਸਾਫ਼ ਦਵਾਇਆ ਜਾਵੇ। ਜੋ ਕਿ ਉਹਨਾਂ ਦੀ ਮੌਤ ਹੋਈ ਆ, ਉਹ ਤਾਂ ਰਿਪੋਰਟਾਂ ਮੇਰੇ ਕੋਲ ਆ, ਅਤੇ ਉਹਦਾ ਜੋ ਵੀ ਇਨਸਾਫ਼ ਆ ਮੈਨੂੰ ਉਹ ਦਵਾਇਆ ਜਾਵੇ। ਕੀ ਕਾਰਨ ਲੱਗਦਾ ਜਿਹਦੇ ਮੰਗਦੇ ਸੀ ਜ਼ਮੀਨ ਦਾ, ਉਹ ਹਿੱਸਾ ਨਹੀਂ ਸੀ ਦਿੰਦੇ, ਜਿਸ ਕਾਰਨ ਹਿੱਸਾ ਮੰਗਣ ਕਾਰਨ ਹੀ ਉਹਨਾਂ ਨੇ ਮੇਰੇ ਪਤੀ ਨੂੰ ਖੀਰ ਵਿੱਚ ਜ਼ਹਿਰ ਪਾ ਕੇ ਦਿੱਤਾ। ਕਿੰਨੀ ਕੁ ਪ੍ਰੋਪਰਟੀ ਦਾ ਮਾਮਲਾ ਜੀ? ਕਿੰਨੀ ਕੁ? ਸਾਡੀ ਪ੍ਰੋਪਰਟੀ ਹੈਗੀ ਆ 3-4 ਕਰੋੜ ਰੁਪਏ ਦੀ। ਕੀ SHO ਕਾਰਵਾਈ ਨਹੀਂ ਕਰਦਾ ਜਾਂ ਕੋਈ ਪੋਲੀਟੀਕਲ ਜਾਂ ਰਾਜਨੀਤਿਕ ਪ੍ਰੈਸ਼ਰ ਵੀ ਹੈਗਾ? ਸਾਡੀ ਕੋਈ ਵੀ ਸੁਣਵਾਈ ਨਹੀਂ ਹੋ